ਸਤਿ ਸ਼੍ਰੀ ਅਕਾਲ ਦੋਸਤੋ ਇੰਜੋਏ ਕਰੋ ਸਾਡੀ ਮੂਵੀ ਆਉਣ ਲੱਗੀ ਹੈ ਅਗਸਤ 1st ਆਹੋ ਮੂਵੀ ਦਾ ਨਾਮ ਹੈਗਾ ਬਾਈ ਜੀ ਤੁਸੀਂ ਕੈਂਟ ਹੋ ਤੇ ਇਸ ਮੂਵੀ ਦੇ ਵਿੱਚ ਅਸੀਂ ਦੋਵੇਂ ਲੀਡ ਆ ਤੇ ਬਹੁਤ ਰੋਲਾ ਪਾਵਾਂਗੇ ਬਹੁਤ ਰੋਲਾ ਪਾਵਾਂਗੇ ਐਸ਼ ਕਰਾਂਗੇ ਤੇ ਨਾਲੇ ਪਾਪਕੋਰਨ ਖਾਵਾਂਗੇ ਪਾਪਕੋਰਨ ਵੀ ਖਾਵਾਂਗੇ ਆਹੋ ਚੀਜ਼ੀ ਨਾਚੋਸ ਵੀ ਖਾਵਾਂਗੇ ਉਹ ਮੇਰੀ ਫੇਵਰਿਟ ਹੈਗੀ ਆ ਸੋ ਚੀਜ਼ੀ ਨਾਚੋਸ ਆਹੋ ਸਰ ਤੇ ਚਿਕਨ ਫਿੰਗਰਸ ਯਾ ਚਿਕਨ ਪਾਪਕੋਰਨ ਤੇ ਮੂਵੀ ਦੇ ਵਿੱਚ ਆਮ ਪਲੇਇੰਗ ਮਾਈਸੈਲਫ ਰੂਪਨ ਬਲ ਹੀਸ ਪਲੇਇੰਗ ਜਸਰੀਨ AKA ਪੰਜਾਬੀ ਫਰੈਸ਼ ਪ੍ਰਿੰਸ /DJ ਜੈਜ਼ੀ ਜੈਫ ਜਿਹੜੇ ਸਾਡੇ ਵਿਊਅਰਸ ਫਰੈਸ਼ ਪ੍ਰਿੰਸ ਆਫ ਬੈਲਰ ਵੇਖਦੇ ਸੀਗੇ 90s ਵਿੱਚ ਬਹੁਤ ਹੀ ਪਾਪੂਲਰ ਸ਼ੋ ਸੋ ਉਹਦੀ ਥੋੜ੍ਹੀ ਜਿਹੀ ਸਟਾਈਲ ਨਾਲੇ ਉਪਾਸਨਾ ਸਿੰਘ ਨਾਲੇ ਉਹਨੂੰ ਤੁਸੀਂ ਵੇਖਿਆ ਹੋਊਗਾ ਕਪਿਲ ਸ਼ਰਮਾ ਦੇ ਸ਼ੋਅ ਦੇ ਉੱਤੇ ਹਨਾ ਉਹਨਾਂ ਦੀ ਭੂਆ ਵਾ ਇਸ ਮੂਵੀ ਦੇ ਵਿੱਚ ਵੀ ਉਹਨਾਂ ਨੇ ਕਮਾਲ ਕਰਤੀ ਹੱਸ ਹੱਸ ਕੇ ਇੱਕ ਵਾਰੀ ਮੈਂ ਮਰ ਵੀ ਗਿਆ ਸੀ ਰਾਈਟ ਮੈਨੂੰ CPR ਕਰਨਾ ਪਿਆ ਰਿਵਾਈਵ ਕੀਤਾ ਇਹਨੂੰ ਆ ਕੇ ਮੇਰੇ ਕੋਲ ਕਾਲ ਆਫ ਡਿਊਟੀ ਦੀ ਰਿਵਾਈਵ ਵਾਲੀ ਬੋਤਲ ਪਈ ਸੀ ਮੈਂ ਫਿਰ ਆ ਕੇ ਰਿਵਾਈਵ ਕਰਤਾ ਤੇ ਨਾਲੇ ਤੇਜ ਸਪਰੂ ਜੀ ਉਹ ਬਹੁਤ ਕੁੱਟਿਆ ਉਹਨਾਂ ਨੇ ਬਹੁਤ ਕੁੱਟਿਆ ਉਹਨਾਂ ਨੇ ਸਾਨੂੰ ਭਗਵੰਤ ਮਾਨ ਜੀ ਬਹੁਤ ਆਹੋ ਆਪਣੀ ਦਿੰਦੇ ਨਹੀਂ ਸੀ ਲਵ ਸਟੋਰੀ ਫਿਰ ਕੰਮ ਖਰਾਬ ਮੇਰੀ ਸੱਚੀ ਅੱਖ ਲਾਲ ਕੀਤੀ ਸੀ ਇਹਨਾਂ ਨੇ ਆਹੋ ਪਹਿਲਾਂ ਕੁੜੀ ਕਰਕੇ ਕਿੰਨੇ ਪੰਗੇ ਪੈ ਜਾਂਦੇ ਆ ਮੈਂ ਅੱਗੇ ਆਖਿਆ ਸੀ ਵੀ ਕਿਉਂ ਪੰਗੇ ਲੈਣੇ ਆ ਬਹੁਤ ਪੰਗੇ ਲੈਣੇ ਆ ਮਗਰ ਚਲੋ ਕੋਈ ਗੱਲ ਨਹੀਂ ਲੈ ਲੈ ਪੰਗੇ ਹਾਂਜੀ ਸਤਿ ਸ਼੍ਰੀ ਅਕਾਲ ਹਾਊ ਆਰ ਯੂ ਗੁੱਡ ਬਹੁਤ ਵਧੀਆ ਬਹੁਤ ਵਧੀਆ ਅੱਛਾ ਜੀ ਤੁਸੀਂ ਇਹ ਮੂਵੀ ਦੇ ਬਾਰੇ ਸਾਨੂੰ ਥੋੜਾ ਜਿਹਾ ਕੁਝ ਦੱਸ ਦਿਓ ਪਲੀਜ਼ ਆ ਮੂਵੀ ਦਾ ਨਾਮ ਹੈ ਜੀ ਬਾਈ ਜੀ ਤੁਸੀਂ ਘੈਂਟ ਹੋ ਹਾਂਜੀ ਤੇ ਤੁਹਾਡਾ ਰੋਲ ਕੀ ਹੈ ਮੂਵੀ ਦੇ ਵਿੱਚ ਮੇਰਾ ਰੋਲ ਇਹ ਹੈ ਜੀ ਕਿ ਇਹਨਾਂ ਨੂੰ ਇੰਟਰੋਡਿਊਸ ਕਰਵਾਉਣਾ ਮੇਰਾ ਰੋਲ ਹੈ ਇਸ ਬਾਈ ਜੀ ਤੁਸੀਂ ਘੈਂਟ ਹੋ ਚ ਦੋ ਬੜੇ ਅੱਛਾ ਤੇ ਤੁਹਾਡੀ 25th ਫਿਲਮ ਹੈਗੀ ਹੈ ਨਾ ਜੀ 25th ਫਿਲਮ ਹੈ ਜੀ ਮੇਰੀ ਤੇ ਬਾਲੀਵੁੱਡ ਮੂਵੀ ਹੌਬਿਟ ਕੀਤੀ ਸੀ ਹਾਂਜੀ ਹਾਂਜੀ ਤੇ ਇਹ ਕੀ ਕਹਿੰਦੇ ਆ 100 ਸਕਰੀਨਾਂ ਚ ਲੱਗੂ ਫਿਲਮ ਅੱਛਾ ਹਾਂਜੀ ਤੇ ਤੁਹਾਡੀ ਰਿਲੇਸ਼ਨਸ਼ਿਪ ਸ਼ਾਹਰੁਖ ਖਾਨ ਦੇ ਨਾਲ ਬਹੁਤ ਹੀ ਵਧੀਆ ਤੁਸੀਂ ਉਹਦੀ ਮੂਵੀ ਨੈਕਸਟ ਮਹੀਨੇ ਤੁਸੀਂ ਰਿਲੀਜ਼ ਕਰ ਰਹੇ ਹੋ ਸ਼ਾਹਰੁਖ ਖਾਨ ਦੇ ਨਾਲ ਹੈ ਨਾ ਮੂਵੀ ਦਾ ਨਾਮ ਹੈ ਮੇਰੇ ਜੀ ਕਰਨ ਜੋਹਰ ਨਾਲ ਵੀ ਬਹੁਤ ਵਧੀਆ ਨੇ ਰਿਲੇਸ਼ਨਸ਼ਿਪ ਅੱਛਾ ਅੱਛਾ ਉਹ ਤਾਂ ਦੈਟਸ ਅ ਗ੍ਰੇਟ ਮੈਨ ਤੇ ਤੁਹਾਡੀ ਕੱਲ ਖੁਸ਼ੀ ਕਭੀ ਗਮ ਉਹ ਹੀ ਇਹਨਾਂ ਨੇ ਬਣਾਈ ਸੀ ਹਾਂ ਕਭੀ ਖੁਸ਼ੀ ਕਭੀ ਗਮ ਪਾਰਟ 2 K3G2 ਜਿਸ ਤਰ੍ਹਾਂ ਫਿਲਮ ਚ ਤੁਹਾਨੂੰ ਇਹਨਾਂ ਕਰਕੇ ਕੁੱਟ ਪਈ ਹੈ ਕਦੇ ਰੀਅਲ ਲਾਈਫ ਚ ਕਿਸੇ ਕੁੜੀ ਕਰਕੇ ਡਿਸ਼ੁਮ ਹੋਇਆ ਕਦੇ ਤਕਰੀਬਨ ਐਟ ਲੀਸਟ ਵਾਂਸ ਅ ਮੰਥ ਸਾਨੂੰ ਕੁੱਟ ਪੈਂਦੀ ਰਹਿੰਦੀ ਹੈ ਮੇਬੀ 2-3 ਟਾਈਮਸ ਅ ਮੰਥ ਬਟ ਸੋ ਦਿਸ ਇਜ਼ ਯਾ good real life depiction sadi life di so yeah jo sadi life sachi sade na hunda ke sachi sade na hunda ha acha tusi jis tarah ki kehnde ha canada to hun itthe aaye ho tusi kafi din itthe rehke tusi shoot vi kitta te kedi kedi tusi cheezan observe kittiyan punjab ch jehdi ki tonu interesting lagiyan hun safai bahut hai itthe garbage disposal bahut vadiya itthe te pollution air bahut saaf hai te apne ਸੇਫਟੀ ਨੰਬਰ 1 ਮੋਟਰਸਾਈਕਲ ਹੈਲਮਟ ਤੇ ਬਹੁਤ ਹੈਗੇ ਆ ਹੈਲਮਟ ਲੋਕੀ ਬਹੁਤ ਪਾਉਂਦੇ ਨੇ ਤੇ ਇੱਕ ਮੈਨੂੰ ਹੋਰ ਬਹੁਤ ਵਧੀਆ ਚੀਜ਼ ਲੱਗੀ ਆ ਤੇ ਬਹੁਤ ਖਾਣਾ ਵੀ ਵਧੀਆ ਯੂ نو ਲਾਈਕ ਟ੍ਰੈਡੀਸ਼ਨਲ ਪੰਜਾਬੀ ਬਾਰ ਨਹੀਂ ਹੋ ਰਹੀ ਟ੍ਰੈਡੀਸ਼ਨਲ ਪੰਜਾਬੀ ਖਾਣਾ ਲਾਈਕ KFC ਸਬਵੇ ਮੈਕਡੋਨਲਡਸ ਯੂ نو ਬਹੁਤ ਹੀ ਵਧੀਆ ਟ੍ਰੈਡੀਸ਼ਨਲ ਜਿਹੜੇ ਪੰਜਾਬੀ ਦੇ ਮੀਲ ਨਹੀਂ ਹੁੰਦੇ ਯੂ نو ਪੁਰਾਣੇ ਜ਼ਮਾਨੇ ਦੇ ਮੀਲ ਸੋ ਦੇਸੀ ਪਿਓਰ ਦੇਸੀ ਯਾ ਸੋ ਬਹੁਤ ਵਧੀਆ ਮੈਕਡੋਨਲਡਸ ਇੱਕ ਸਾਡਾ ਬਹੁਤ ਫੇਵਰਟ ਆ ਇੱਥੇ ਆ ਕੇ ਰੈਸਟੋਰੈਂਟ ਮੇਰਾ ਫੇਵਰਟ ਸਾਡੇ ਕੈਨੇਡਾ 'ਚ ਹੈਗਾ ਨਹੀਂ ਸੀ ਬੰਦ ਕਰਤਾ ਉਹਨਾਂ ਨੇ ਹੈ ਨਾ ਅਤੇ ਫਿਰ ਮੰਮੀ ਕਹਿੰਦੇ ਚਲੋ ਜੇ ਤੁਸੀਂ ਚੱਲੇ ਹੀ ਆ ਇੰਡੀਆ ਪੰਜਾਬ ਦੇ ਵਿੱਚ ਤੁਸੀਂ ਮੈਕਡੋਨਲਡ ਜ਼ਰੂਰ ਖਾ ਕੇ ਆਇਓ ਪਿੰਡ ਫਿਰ ਕਹਿੰਦੇ ਮੁੜ ਯਾਦ ਸਤਾਵੇ ਮੁੜ ਯਾਦ ਸਤਾਵੇ ਰੋਨਲਡ ਮੈਕਡੋਨਲਡ ਦੀ ਮੇਰੇ ਖਿਆਲ 'ਚ ਗੁਰਦਾਸ ਮਾਨ ਨੇ ਗਾਇਆ ਸੀ ਗਾਣਾ ਰੋਨਲਡ ਮੈਕਡੋਨਲਡ ਦੀ ਗੱਲ ਦੀਆਂ ਯਾ ਚਲੋ ਮੈਂ ਤਾਂ ਕਈ ਫਿਲਮਾਂ ਕੀਤੀਆਂ ਤੁਹਾਡੀ ਪਹਿਲੀ ਫਿਲਮ ਹੈ ਹਾਂਜੀ ਫਿਰ ਇਹਦੀ ਦੂਜੀ ਫਿਲਮ ਹੈ ਮੇਰੀ ਦੂਜੀ ਫਿਲਮ ਹੈ ਮੈਂ ਆਪਣਾ ਪਹਿਲੀ ਪੰਜਾਬੀ ਫਿਲਮ ਤੁਹਾਡੀ ਪਹਿਲੀ ਪੰਜਾਬੀ ਫਿਲਮ ਹੈ ਤੇ ਕਿੱਦਾਂ ਦਾ ਸਾਰਾ ਐਕਸਪੀਰੀਅੰਸ ਰਿਹਾ ਤੇ ਜਦੋਂ ਫਿਲਮ ਰਿਲੀਜ਼ ਹੋ ਗਈ ਤੇ ਲੋਕੀ ਸਿਨੇਮੇ ਘਰਾਂ 'ਚ ਉਹਨਾਂ ਨੂੰ ਕੀ ਵੇਖਣ ਨੂੰ ਮਿਲੇਗਾ ਫਨ ਕਾਮੇਡੀ ਸਿਆਪਾ ਆਹੋ ਪੋਲਿਟਿਕਸ ਪੰਗੇ ਜੁਗਾੜ ਆਹੋ
ਜੁਗਾੜ ਬਹੁਤ ਜੁਗਾੜ ਲਾਏ ਅਸੀਂ ਓਕੇ ਇਹ ਚੀਜ਼ਾਂ ਤੱਕ ਪਹੁੰਚਣ ਨੂੰ ਆਈਡੀਆ ਲਾਏ ਆ ਇਹਦੇ ਜੁਗਾੜ ਕਾਫੀ ਲੱਗੇ ਵਿੱਚ ਜੀ ਰੈਪਿੰਗ ਯਾ ਮੇਰੀ ਐਲਬਮ ਰਿਲੀਜ਼ ਹੋਣ ਲੱਗੀ ਹੈ get rich or die trying part 2 50 cent ne produce kiti hai so yeah drake bhi vich ugare hai na ohde vich yeah drake mera vadda veer hai je tusi jante ho drake paaji oh ta mainu bahut help kiti hai rapping de naal so thank you drake veer ji te sade naal gal karne layi bahut bahut shukriya ji tohda te ummeed karde hain tohdi pehli punjabi film te tohdi dusri punjabi film thank you bahut vadhiya rahe ha te ki kehnde hain ਸਾਰੇ ਬਾਈ ਤੁਸੀਂ ਸਿਨੇਮੇ ਘਰਾਂ 'ਚ ਜਾਇਓ ਇਹਨਾਂ ਦੀ ਫਿਲਮ ਵੇਖਣ ਫਿਲਮ ਵੇਖੋ ਹਾਂਜੀ ਜ਼ਰੂਰ ਤੇਦੀ ਫਿਲਮ ਵੀ ਵੇਖਿਓ ਕਭੀ ਖੁਸ਼ੀ ਕਭੀ ਗਮ ਪਾਰਟ 2 ਬਿਲਕੁਲ ਜੀ ਮੇਰੀ ਫਿਲਮਾਂ ਵੀ ਵੇਖਦੇ ਰਹੇ ਤੁਸੀਂ ਇਹਨਾਂ ਦੀ ਫਿਲਮ ਵੀ ਦੇਖੋ ਤੇ ਉਮੀਦ ਕਰਦੇ ਹਾਂ ਕਿ ਇਸ ਵਾਰੀ ਕੁਝ ਨਵਾਂ ਹਿਊਮਰ ਤੇ ਇੰਟਰਸਟਿੰਗ ਬਹੁਤ ਵਧੀਆ ਚੀਜ਼ ਲੈ ਕੇ ਆ ਰਹੇ ਹਾਂ ਪਹਿਲੀ ਅਗਸਤ ਨੂੰ ਬਿਲਕੁਲ ਜੀ ਕੈਮਰਾਮੈਨ ਮੁਕੇਸ਼ ਪਾਂਡੇ ਦੇ ਨਾਲ ਜੈਦੀਪ ਮਿੱਤਰਾ ਦੇ ਨਾਈਟ ਨਿਊਜ਼ ਚੱਕਦਾ ਬਸ ਜੀ ਪਿਛਲੇ ਦੋ ਕੁ ਦਿਨਾਂ ਤੋਂ ਇਹੀ ਹੋਈ ਜਾ ਰਿਹਾ ਮੇਰੇ ਨਾਲ ਕੈਮਰਾਮੈਨ ਮੁਕੇਸ਼ ਪਾਂਡੇ ਦੇ ਨਾਲ ਜੈਦੀਪ ਮਿੱਤਰਾ ਡੇ ਨਾਈਟ ਨਿਊਜ਼ ਚੰਡੀਗੜ੍ਹ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ ਯੂਟਿਊਬ ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ